ਜੋਗਰਾਜ ਦੀ ਗੱਲ ਕਰੀਏ, ਤੁਸੀਂ ਉਹਨਾਂ ਤੋਂ ਹਾਂਜੀ ਸਿੱਖਿਆ, ਉਹਨਾਂ ਦਾ ਸੁਭਾਅ ਵੀ ਬੜਾ ਕੜਕ ਹੈਗਾ ਨਾ, ਕਿਤੇ ਡਰਦੇ ਮਾਰੇ ਤੇ ਨਹੀਂ ਕ੍ਰਿਕਟ ਛੱਡਤੇ ਹੈਗੇ ਸੀ? ਨਹੀਂ ਨਹੀਂ ਡਰਦੇ ਮਾਰੇ ਨਹੀਂ ਜੀ, ਮੈਂ ਉਹਨਾਂ ਦੇ ਸੁਭਾਅ ਦੀਆਂ ਦੋਨੋਂ ਸਾਈਡ ਦੇਖੀਆਂ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਨਾਰੀਅਲ ਵਾਂਗੂ ਹੈਗੇ ਨੇ ਉਹ, ਬਾਹਰੋਂ ਕੜਕ ਨੇ ਜੀ, ਅੰਦਰੋਂ ਸੌਫਟ ਜਿਹੜੀ ਸਾਈਡ ਆ ਉਹਨਾਂ ਦੀ ਉਹ ਵੀ ਮੈਂ ਦੇਖੀ ਆ। ਬੜੇ ਇਮੋਸ਼ਨਲ ਨੇ ਉਹ, ਜਿੱਦਾਂ ਕਿ ਆਪਾਂ ਉਹਨਾਂ ਦੀ ਇੰਟਰਵਿਊਸ 'ਚ ਦੇਖਦੇ ਰਹਿੰਦੇ, ਯੂਵੀ ਨੂੰ ਲੈ ਕੇ ਬਹੁਤ ਬਿਲਕੁਲ ਇਮੋਸ਼ਨਲ ਨੇ, ਹੈ ਨਾ ਜੀ ਉਹ। ਬਿਲਕੁਲ ਅਤੇ ਨਹੀਂ, ਮੈਂ ਉਹਨਾਂ ਦਾ ਚਹੇਤਾ ਸੀਗਾ ਜੀ, ਮੈਨੂੰ ਪਹਿਲੇ ਦਿਨ ਤੋਂ ਉਹਨਾਂ ਨੇ ਸੀਨੀਅਰਸ ਦੇ ਨਾਲ ਮੈਂ ਪ੍ਰੈਕਟਿਸ ਕਰਦਾ ਸੀਗਾ, ਮੇਰਾ ਥੋੜ੍ਹਾ ਖਿਆਲ ਰੱਖਦੇ ਸੀ ਕਿ ਮੈਂ ਛੋਟੇ ਸ਼ਹਿਰ ਤੋਂ ਸੀਗਾ, ਅਤੇ ਕਦੇ ਇੱਕ ਦੋ ਵਾਰੀ ਘੂਰ ਵੀ ਪਈ ਹੈ ਜੀ, ਅਤੇ ਉਹ ਤਾਂ ਚਲੋ ਹਰ ਕੋਚ ਹੈਗਾ ਡਾਂਟਦੀ ਹੈ ਜੀ ਬੱਚਿਆਂ ਨੂੰ, ਪਰ ਕਿਉਂਕਿ ਉਹਨਾਂ ਦੇ ਜੁਵੀ ਨੂੰ ਵੀ ਰੋਲਿੰਗ ਸਕੇਟਿੰਗ ਤੋਂ ਹਟਾ ਕੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ, ਅਤੇ ਜੁਵੀ ਵੀ ਅਕਸਰ ਕਹਿੰਦੇ ਕਿ ਡੈਡੀ ਦੀਆਂ ਗਾਲਾਂ ਔਰ ਹਾਂਜੀ ਹਾਂਜੀ ਗੁੱਸਾ ਹਾਂਜੀ ਸੁਭਾਅ ਡੰਡੇ ਖਾਧੇ ਹੈਗੇ ਨਹੀਂ, ਨੇ। ਬਿਲਕੁਲ ਜੀ, ਉਹਨਾਂ ਦੀ ਮਿਹਨਤ ਨਜ਼ਰ ਆਉਂਦੀ ਹੈ ਜੀ, ਜਿਹੜੀ ਯੁਵਰਾਜ ਸਿੰਘ 'ਤੇ ਕੀਤੀ ਉਹਨਾਂ ਨੇ। ਮੈਂ ਯੁਵਰਾਜ ਦਾ ਬਹੁਤ ਵੱਡਾ ਫੈਨ ਹਾਂ ਜੀ। ਯੁਵਰਾਜ ਦੀ ਸਾਰੀ ਦੁਨੀਆ ਹੀ ਫੈਨ ਹੈ, ਉਹ ਬਿਲਕੁਲ ਬਿਲਕੁਲ ਕੈਂਸਰ 'ਚੋਂ ਇੱਕ ਨਿਕਲ ਗਏ, ਐਡੀ ਹਾਂ ਜੀ ਵੱਡੀ ਹਾਂਜੀ, ਬਿਮਾਰੀ 'ਚ ਨਿਕਲਣਾ, ਬਹੁਤ ਬਹੁਤ ਵੱਡੀ ਗੱਲ ਹੈ ਜੀ, ਹੌਸਲਾ ਬੁਲੰਦ, ਬੜੀ ਵੱਡੀ ਮਿਸਾਲ ਹੈ ਜੀ ਉਹ ਸਾਰਿਆਂ ਵਾਸਤੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।